ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ। ਲਓ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਫਤਿਹਗੜ੍ਹ ਸਾਹਿਬ ਦੇ। ਇਹ ਜੋ ਸਾਹਮਣੇ ਤੁਸੀਂ ਗੁਰਦੁਆਰਾ ਦੇਖ ਰਹੇ ਹਾਂ ਇਹ ਫਤਿਹਗੜ੍ਹ ਸਾਹਿਬ ਦਾ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ, ਅਤੇ ਉਹ ਗੁਰਦੁਆਰਾ ਕਰੋ ਦਰਸ਼ਨ ਜੀ। ਭੀੜ ਬਹੁਤ ਹੈਗੀ, ਬਹੁਤ ਦੂਰ ਤੱਕ ਬਾਹਰ ਗੇਟ ਦੇ ਤੱਕ ਲਾਈਨ ਲੱਗੀ ਹੋਈ ਹੈ। ਅਤੇ ਹੋਰ ਕੱਲ੍ਹ ਨੂੰ ਸੰਗਰਾਂਦ ਹੈ ਅਤੇ ਫਿਰ ਉਸ ਤੋਂ ਬਾਅਦ ਇਹ ਭੀੜ ਵੱਧਦੀ ਜਾਣੀ ਹੈ। ਜੂਨ ਜੂਨ ਪੋਹ ਦਾ ਮਹੀਨਾ ਸਟਾਰਟ ਹੋ ਜਾਣਾ ਅਤੇ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਨਮਸਕਾਰ ਲਈ ਬਹੁਤ ਦੂਰ ਦੁਰਾਡਿਓਂ ਸੰਗਤ ਪਹੁੰਚਦੀ ਹੈ ਇੱਥੇ। ਗੱਡੀਆਂ ਖੜ੍ਹਾਉਣ ਦਾ ਵੀ ਜਗ੍ਹਾ ਨਹੀਂ ਮਿਲ ਰਹੀ। ਇੱਥੇ ਅੰਦਰ ਤੁਸੀਂ ਦੇਖੋ ਕਿੰਨੀ ਸੰਗਤ ਪਹੁੰਚੀ ਹੋਈ ਹੈ, ਇਹ ਦੇਖੋ ਜੀ।
ਇਹ ਜਿਹੜਾ ਤੁਸੀਂ ਸਥਾਨ ਦੇਖਿਆ ਹੋਇਆ ਸੀ ਛੋਟੇ ਸਾਹਿਬਜ਼ਾਦੇ ਔਰੰਗਜ਼ੇਬ ਵੱਲੋਂ ਕਰ ਦਿੱਤੇ ਗਏ ਸੀ। ਜਿਹੜਾ ਸਾਧਸੰਗ ਸੀ ਤੁਸੀਂ ਪਹਿਲਾਂ ਦੇਖਿਆ ਗੁਰਦੁਆਰਾ ਸਾਹਿਬ ਉਹ ਸੀ ਜਿੱਥੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸੀ। ਹੁਣ ਆਪਾਂ ਜਾਵਾਂਗੇ ਠੰਡਾ ਬੁਰਜ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਨੂੰ। ਹੁਣ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਵਾਂਗੇ ਅਤੇ ਕਰੋ ਦਰਸ਼ਨ। ਸੰਗਤ ਬਹੁਤ ਜ਼ਿਆਦਾ ਹੈਗੀ, ਥੋੜ੍ਹਾ ਟਾਈਮ ਲੱਗਦਾ, ਹੌਲੀ ਹੌਲੀ ਤੁਰੇ ਜਾਂਦੇ। Thank you.
ਸਥਾਨ ਜਿਹੜਾ ਤੁਸੀਂ ਦੇਖਿਆ ਜੀ, ਇਹ ਸੀ ਫਤਿਹਗੜ੍ਹ ਸਾਹਿਬ ਠੰਡਾ ਬੁਰਜ, ਜਿੱਥੇ ਛੋਟੇ ਸਾਹਿਬਜ਼ਾਦੇ ਰੱਖੇ ਗਏ, ਮਾਤਾ ਗੁਜਰੀ ਠੰਡੇ ਬੁਰਜ 'ਚ ਰੱਖਿਆ ਗਿਆ ਹੈ। ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਦਬਾ ਦਿਓ, ਨਾਲ ਦੀ ਨਾਲ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।